ਮਕਸਦ ਆ ਵੀ ਵਿੱਕੇ ਦਾ ਮੇਨ ਮਕਸਦ ਸੀਗਾ ਵੀ ਲੋਕਾਂ ਨੂੰ ਤੇ ਖਿਡਾਰੀਆਂ ਨੂੰ ਉਹਨਾਂ ਡਰੱਗਸ ਬਾਰੇ ਨਹੀਂਗਾ ਪਤਾ ਵੀ ਉਹ ਡਰੱਗਸ ਕੀ ਕਰਦੇ ਆ, ਕੀ ਉਹ ਖਿਡਾਰੀਆਂ ਦੀ ਹੈਲਪ ਕਰਦੇ ਆ ਖੇਡਣ ਵਿੱਚ ਜਾਂ ਨਹੀਂ ਕਰਦੇ, ਹਨਾ। ਤੇ ਜਿਹੜਾ 40% ਬੰਦਿਆਂ ਦੇ ਵਿੱਚ ਪੋਜ਼ਿਟਿਵ ਆਇਆ ਉਹ ਆਇਆ MOP ਤੇ ਓਪੀਓਇਡ। ਇਹਨੂੰ ਇਹ ਹੈਗੀ ਆ ਮੋਰਫੀਨ ਤੇ ਓਪੀਓਇਡ। ਮੋਰਫੀਨ ਅਫੀਮ ਮੋਰਫੀਨ ਜਿਹੜੀ ਅਫੀਮ ਆ ਉਹ ਵੀ ਓਪੀਓਇਡ ਦਾ ਹੀ ਪਾਰਟ ਹੁੰਦਾ। ਓਪੀਓਇਡ ਜਿੱਦਾਂ ਵੱਡੀ ਕੈਟਾਗਰੀ ਹੋ ਗਈ, ਤੇ ਅਫੀਮ ਮੋਰਫੀਨ ਫੈਂਟਾਨਲ ਨਾਲ ਜਿਹੜੇ ਬੰਦੇ ਮਰਦੇ ਪਏ ਆਪਣੇ ਇਹ ਕੈਨੇਡਾ US ਵਿੱਚ ਬਹੁਤ ਵੱਡੀ ਇਹ ਪ੍ਰੋਬਲਮ ਬਣਦੀ ਜਾ ਰਹੀ ਆ। ਫੈਂਟਾਨਲ ਫੈਂਟਾਨਲ ਉਹ ਵੀ ਓਪੀਓਇਡ ਆ, ਤੇ ਕੋਡੀਨ ਵੀ ਓਪੀਓਇਡ ਆ, ਟੈਨਾਨੋਲ 3 ਓਪੀਓਇਡ ਆ, ਪਰਕੋਸੈਟ ਓਪੀਓਇਡ ਆ, ਆਕਸੀਕੋਡਨ ਓਪੀਓਇਡ ਆ। ਓਪੀਓਇਡ ਇੱਕ ਬਹੁਤ ਵੱਡੀ ਫੈਮਿਲੀ ਆ ਤੇ ਜਿਹਦੇ ਵਿੱਚ ਇਹ ਨਸ਼ੇ ਆਉਂਦੇ, ਅਫੀਮ ਵੀ ਇਹਦੇ ਚ ਆਉਂਦੀ ਆ। ਪਲੇਅਰ ਜਿਹੜੇ ਆ ਆਪਣੇ ਕਬੱਡੀ ਵਾਲੇ ਉਹ ਕਿਹੜੀ ਕਿਹੜੇ ਪਾਏ ਗਏ ਆ ਓਪੀਓਇਡ ਦੇ ਵਿੱਚ? 40% ਪਾਏ ਗਏ ਆ, ਤੇ ਪਲੇਅਰ ਜਿੱਦਾਂ ਵੀ ਕਹਿੰਦੇ ਆ ਵੀ ਇਹ ਫੀਮ ਦਾ ਸਾਲਟ ਆ, ਵੀ ਫੀਮ ਵੀ ਓਪੀਓਇਡ ਦਾ ਨਹੀਂ, ਉਹ ਪਾਰਟ ਆ। ਫੈਂਟਾਨਲ ਲੈਂਦੇ ਹੋਣਗੇ ਜਾਂ ਕੁਝ ਨਹੀਂ, ਹੋਰ ਉਹ ਲੈਂਦੇ? ਮੋਰਫੀਨ ਆਈ ਮੋਰਫੀਨ। ਇਹ ਸਾਰੀਆਂ ਇੱਕੋ ਕਲਾਸ ਫੈਮਿਲੀ ਦੀਆਂ, ਇਹ ਫੈਮਿਲੀ ਦੇ ਨੇ ਕੋਈ ਡਰੱਗ, ਠੀਕ ਹੈ। ਤੇ ਜਿਹੜੀ ਵਾਡਾ ਆ, ਵਰਲਡ ਐਂਟੀ ਡੋਪਿੰਗ ਜਿਹੜੀ ਸੰਸਥਾ ਆ, ਉਹਨੇ ਇਹ ਬੈਨ ਕੀਤਾ ਹੋਇਆ। ਬੈਨ ਕਾਹਦੇ ਵਿੱਚ ਕੀਤਾ ਹੋਇਆ? ਇੱਕ ਐਥਲੀਟ ਨਹੀਂ ਲੈ, ਐਥਲੀਟ ਨਹੀਂ ਲੈ। ਤੇ ਇਹ ਜਿਹੜਾ ਮੋਰਫੀਨ ਆ, ਇਹ ਹੈਗਾ ਪੇਨ ਕਿਲਰ। ਨਹੀਂ, ਐਥਲੀਟ ਜਦੋਂ ਉਹਨਾਂ ਦਾ ਮੁਕਾਬਲਾ ਹੁੰਦਾ ਉਦੋਂ ਨਹੀਂ ਲੈ ਸਕਦੇ ਜਾਂ ਕਦੇ ਵੀ ਨਹੀਂ ਲੈ ਸਕਦੇ? ਉਦਾਂ ਲੈ ਸਕਦੇ, ਟ੍ਰੇਨਿੰਗ ਵਿੱਚ ਲੈ ਸਕਦੇ ਕਰਕੇ ਠੀਕ ਪੇਨ ਕਿਲਰ ਆ, ਹੈ ਪਰ ਕੰਪੀਟੀਸ਼ਨ ਕੰਪੀਟੀਸ਼ਨ ਚ ਨਹੀਂ ਲੈ ਸਕਦੇ, ਠੀਕ ਹੈ। ਤੇ ਸਰਜਰੀ ਜੇ ਕਿਸੇ ਦੀ ਸਰਜਰੀ ਹੁੰਦੀ ਉਹਨੂੰ ਮੋਰਫੀਨ ਦਿੱਤੀ ਜਾਂਦੀ ਆ ਹਸਪੀਟਲ ਦੇ ਵਿੱਚ, ਠੀਕ ਹੈ। ਤੇ ਇੰਜਰੀ ਵਿੱਚ ਜੇ ਕੋਈ ਇੰਜਰੀ ਹੋ ਗਈ ਤਾਂ ਪੇਨ ਨਹੀਂ ਗੀ ਫੀਲ ਹੋਣੀ। ਤੇ ਹੁਣ ਕਬੱਡੀ ਵਿੱਚ ਉਹਦਾ ਕੀ ਫਾਇਦਾ ਹੋਊਗਾ ਵੀ ਜੇ ਖਿਡਾਰੀ ਨੂੰ ਪੇਨ ਨਹੀਂ ਗੀ ਫੀਲ ਹੋ ਰਹੀ? ਓਬਵੀਅਸਲੀ ਜੇ ਪੇਨ ਨਹੀਂ ਫੀਲ ਹੋਊਗੀ ਤਾਂ ਬੰਦਾ ਵੀ ਜ਼ੋਰ ਵੱਧ ਮਾਰੂਗਾ, ਉਹਨੂੰ ਜੇ ਚਪੇੜਾ ਚਪੂੜਾ ਪੈ ਰਹੀਆਂ, ਧੱਕੇ ਮੁੱਕੇ ਪੈ ਰਹੇ ਆ ਤੇ ਉਹਨੂੰ ਫੀਲ ਨਹੀਂ ਹੋਊਗਾ, ਆਪਣਾ ਨੰਬਰ ਲੈ ਜਾਊਗਾ ਉਹ। ਤੇ ਉਹ ਕਬੱਡੀ ਦਾ ਫਾਇਦਾ ਹੋ ਗਿਆ। ਤੇ ਇਹਦੇ ਨੁਕਸਾਨ ਦੋਸਤੋ ਇਹ ਨੇ ਕਿ ਇੱਕ ਤਾਂ ਇੰਜਰੀ ਹੋ ਗਈ ਤਾਂ ਪਤਾ ਨਹੀਂਗਾ ਲੱਗਣਾ ਖਿਡਾਰੀ, ਜਿੱਦਾਂ ਕਈ ਵਾਰੀ ਪਲੇਅਰ ਖਿੱਚਾ ਜਦੋਂ ਖੇਡਦਾ ਮਾਰੀ ਆ ਖਿੱਚਾ ਮਾਰੀ ਜਾਂਦੇ ਆ, ਲੱਤ ਟੁੱਟ ਜਾਂਦੀ ਆ, ਹਨਾ। ਤੇ ਜਾਂ ਜਾਫੀ ਰੇਡਰ ਨੂੰ ਚੁੰਬੜਿਆ ਆ ਤੇ ਉਹਦਾ ਗੋਟ ਟੁੱਟ ਜਾਂਦਾ ਆ, ਆਪਣੇ ਨਾਲੋਂ ਵੱਧ ਜ਼ੋਰ ਮਾਰ ਲੈਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ। ਕਈਆਂ ਦੀਆਂ ਜਦੋਂ ਪੰਪ ਮਾਰਦੇ ਆ ਜਾਂ ਲੱਤਾਂ ਟੁੱਟੀਆਂ ਪਲੇਅਰਾਂ ਦੀਆਂ, ਕੀ ਹੋ ਸਕਦਾ ਵੀ ਇਹ ਪਾਰਟ। ਤੇ ਉਹ ਖਿਡਾਰੀ ਆਪਣੀ ਸਮਰੱਥਾ ਤੋਂ ਵੱਧ ਨੰਬਰ ਉਹਨੇ ਲੈ ਜਾਣੇ ਆ, ਕਰਕੇ ਉਹਨੂੰ ਫੀਲ ਨਹੀਂ ਗੀ ਹੋਣੀ ਪੇਨ। ਤੇ ਇਹਦੇ ਨੁਕਸਾਨ ਖਿਡਾਰੀਆਂ ਦੇ ਵੀ ਨੁਕਸਾਨ ਨੇ ਇਹਦੇ। ਇੱਕ ਤਾਂ ਆਦਤ ਪਊਗੀ ਫੀਮ ਦੀ ਜਾਂ ਓਪੀਓਇਡ ਦੀ, ਜਨਰਲ ਆਦਤ ਛੱਡਣੀ ਬਹੁਤ ਔਖੀ ਆ। ਆਪਾਂ ਨੂੰ ਪਤਾ ਬਜ਼ੁਰਗ ਸਾਰੀ ਉਮਰ ਖਾਈ ਜਾਂਦੇ ਆ, ਜਿਹੜੇ ਉਹ ਖਾਈ ਜਾਂਦੇ ਨੇ ਉਹ ਛੱਡਣੀ ਬਹੁਤ ਔਖੀ। ਇਹ ਜਿਹੜੀ ਉਹ ਫੀਮ ਆ ਤੇ ਇਹ ਫੀਮ ਆ ਵੀ ਜ਼ਿਆਦਾ ਫਰਕ ਨਹੀਂ ਹੈਗਾ ਇਹਦੇ ਵਿੱਚ? ਕਲਾਸ ਸੇਮ ਆ, ਠੀਕ ਆ, ਥੋੜੇ ਬਹੁਤੇ ਫਰਕ ਲਾ ਲਓ ਵੀ ਥੋੜੇ। ਹਾਂਜੀ, ਤੇ ਇਹਦਾ ਇੱਕ ਹੋਰ ਆ ਵੀ ਜਿਹਦੀ ਆਦਤ ਪੈ ਜਾਂਦੀ ਆ, ਤੇ ਜਿਹੜੇ ਬੰਦਿਆਂ ਨੂੰ ਮੋਰਫੀਨ, ਕਈ ਬੰਦਿਆਂ ਨੂੰ ਟੈਨਾਨੋਲ 3 ਡਾਕਟਰਾਂ ਨੇ ਰੱਖ ਕੇ ਦਿੱਤੀਆਂ ਕਰਕੇ ਪੇਨ ਹੁੰਦੀ ਸੀਗੀ ਉਹਨਾਂ ਦੀ ਸਰਜਰੀ, ਬਾਅਦ ਵਿੱਚ ਵਿਦਡਰਾਅਲ ਹੋਏ ਉਹਨਾਂ ਨੂੰ। ਜਦੋਂ ਬਾਹਰ ਗਏ ਤੇ ਬਾਹਰ ਟੈਨਾਨੋਲ 3 ਮਿਲੀ, ਪਰ ਉਹਨਾਂ ਨੂੰ ਟੈਨਾਨੋਲ 3 ਦਾ ਹਾਈ ਮਿਲਿਆ, ਰਸ਼ ਮਿਲਿਆ, ਯੂਫੋਰੀਆ ਮਿਲਿਆ। ਤੇ ਉਹ ਬੰਦੇ ਬਾਅਦ ਵਿੱਚ ਸਟਰੀਟਾਂ ਦੇ ਫਿਰ ਫੈਂਟਾਨਲ ਲੈਂਦੇ ਆ, ਉਹਦੇ ਨਾਲ ਡੈਥਸ ਹੋ ਰਹੀਆਂ ਨੇ। ਤੇ ਇਹ ਕਾਫੀ ਗੰਭੀਰ ਕੇ ਜਿਹੜੀ ਵੀ ਮੋਰਫੀਨ ਆ, ਇਹ ਤੋਂ ਅਗਲਾ ਸਟੈਪ ਵੀ ਫੈਂਟਾਨਲ ਆ, ਬਣ ਸਕਦਾ ਬਣ ਸਕਦਾ, ਹਰੇਕ ਦਾ ਨਹੀਂਗਾ ਬਣਨਾ। ਵੀ ਜਿਹੜੇ ਜਿਨ ਜਿਹਨਾਂ ਨੂੰ ਖਿਡਾਰੀਆਂ ਨੂੰ ਵੀ ਨੁਕਸਾਨ ਆ, ਵੀ ਜਿਹਨੂੰ ਐਡਿਕਸ਼ਨ ਹੋ ਗਈ ਤਾਂ ਉਹਦੇ ਲਈ ਨੁਕਸਾਨ, ਲੱਗ ਸਕਦੇ। ਤੇ ਇੱਕ ਡਰੱਗ ਹੈਗੀ ਆ ਬੈਂਜੋਡਾਇਜ਼ਪੀਨ, ਉਹ ਹੈਗੀ BZO।
12% ਬੰਦਿਆਂ ਨੇ ਉਹ ਲਈਆ ਕਬੱਡੀ ਦੇ ਵਿੱਚ ਤੇ ਉਹ ਐਂਟੀ ਐਂਗਜ਼ਾਇਟੀ ਪੀ ਲਿਆ ਤੇ ਸਲੀਪਿੰਗ ਪੀ ਲਿਆ। ਐਂਗਜ਼ਾਇਟੀ ਕੀ ਹੁੰਦੀ? ਐਂਗਜ਼ਾਇਟੀ ਘਬਰਾਹਟ ਹੁੰਦੀ। ਅੱਛਾ ਅੱਛਾ। ਜਦੋਂ ਘਬਰਾਹਟ ਦੇ ਲਈ ਬਣੀ ਆ, ਕਿਸੇ ਦੀ ਇੰਟਰਵਿਊ ਆ, ਕਿਸੇ ਦਾ ਟੈਸਟ ਆ, ਕਬੱਡੀ ਚ ਜਦੋਂ ਰੇਡਰ ਨੇ ਰੇਡ ਪਾਉਣ ਜਾਣਾ ਮੂਹਰੇ ਤਕੜੇ ਜਾ ਕੇ ਖੜੇ ਆ, ਫਾਈਨਲ ਮੈਚ ਆ, ਫਾਈਨਲ ਮੈਚ ਆ, ਘਬਰਾਹਟ ਖਤਮ ਹੋ ਜਾਣੀ ਉਹਦੀ। ਹਾਂ ਤੇ ਇਹਦਾ ਹੁਣ ਤਕੜੇ ਮੈਚ ਹੁੰਦੇ ਆ, ਫਿਰ ਉਹਦਾ ਪਰਫਾਰਮੈਂਸ ਦੇ ਵਿੱਚ ਉਹਨੂੰ ਫਾਇਦਾ ਮਿਲਣਾ ਖਿਡਾਰੀ ਨੂੰ ਵੀ ਉਹਦੀ ਘਬਰਾਹਟ। ਮੈਨੂੰ ਲੱਗਦਾ ਇਹ ਰੇਡਰ ਵੱਧ ਲੈਂਦੇ ਹੋਣਗੇ, ਕਿਉਂਕਿ ਰੇਡਰ ਨੂੰ ਘਬਰਾਹਟ ਜ਼ਿਆਦਾ ਹੁੰਦੀ ਹੋਊਗੀ, ਜਾਫੀ ਨੂੰ ਘੱਟ ਹੁੰਦੀ ਹੋਊਗੀ, ਕਿਉਂਕਿ ਜਾਫੀ ਤਾਂ ਆਪਣੀ ਜਗ੍ਹਾ ਤੇ ਖੜਾ, ਰੇਡਰ ਨੇ ਜਾਣਾ ਦੂਏ ਬਾਅਦ ਤਕੜੇ ਖੜੇ ਆ। ਤੇ ਇਹਦਾ ਨੁਕਸਾਨ ਇਹਦਾ ਬਹੁਤ ਹੈਗਾ ਆ ਵੀ ਇਹਦੀ ਆਦਤ ਬਹੁਤ ਪੈ ਜਾਂਦੀ ਹੈ, ਫਿਰ ਬਾਅਦ ਵਿੱਚ ਇਹ ਤੋਂ ਬਿਨਾਂ ਤੁਹਾਨੂੰ ਨੀਂਦ ਨੀ ਆਉਣੀ ਤੇ ਥੋਟ ਹੋਰ ਵੱਧ ਜਾਣੇ ਤੁਹਾਡੇ। ਅੱਛਾ। ਫਿਰ ਤੁਹਾਨੂੰ ਅਗਲੇ ਦਿਨ ਨਾਰਮਲ ਰਹਿਣ ਲਈ ਹੀ ਲੈਣੀ ਪੈਣੀ ਗਾਹਾਂ ਜਾ ਕੇ, ਤੇ ਇਹਦੇ ਨਾਲ ਸੁਸਾਈਡ ਦੀ ਵੀ ਟੈਂਡੈਂਸੀ ਵੱਧ ਜਾਂਦੀ ਹੈ ਤੁਹਾਡੀ, ਜੇ ਇਹਦੀ ਲੌਂਗ ਟਰਮ ਆਦਤ ਪੈ ਜਾਵੇ। ਇਹ ਇੰਜੈਕਸ਼ਨ ਆ? ਨਹੀਂ, ਇਹ ਪਿੱਲ ਹੁੰਦੀ ਹੈ ਸਲੀਪਿੰਗ ਪਿਸਾਉਣ ਲਈ, ਜਿੱਦਾਂ ਈਵਨ ਡਾਕਟਰ ਵੀ ਇੱਥੇ ਘਬਰਾਹਟ ਤੋਂ ਨਾ ਕਈ ਬੰਦਿਆਂ ਨੂੰ ਘਬਰਾਹਟ ਹੋ ਜਾਂਦੀ ਹੈ, ਇਹ ਪਿੱਲ ਰੈਫਰ ਕਰਦੇ ਆ। ਅੱਛਾ, ਇੱਕ ਵੱਡੀ ਪਿੱਲ ਲੈਂਦੇ 12% ਨੇ ਇਹ ਲਈ ਆ, 12%।